ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਾਰਿਆਂ ਦਾ। ਅੱਜ ਪਿੰਡ 'ਚ ਹੋਇਆ ਜੀ, ਪਿੰਡ ਕੋਟਸ਼ਮੀਰ ਬਾਈ ਹੋਣਾਂ ਕੋਲ ਮੈਂ ਗਾਂ ਖਰੀਦਣ ਆਏ ਸੀ। ਮੇਰੇ ਮਿੱਤਰ ਨੇ ਗਾਂ ਲੈਣੀ ਸੀ ਬਾਈ ਹੈਪੀ ਕੋਲੇ, ਤੇ ਪਰ ਇਹਦਾ ਇੱਕ ਮੈਨੂੰ ਬੜਾ ਵਧੀਆ ਸਿਸਟਮ ਲੱਗਿਆ, ਜਿਹੜਾ ਕਿ ਆਪਾਂ ਕਹਿੰਦੇ ਹਾਂ ਅੱਜ ਹੁਣ ਗਰਮੀ ਸ਼ੁਰੂ ਹੋ ਗਈ, 21 ਅਪ੍ਰੈਲ ਹੈ ਜੀ ਅੱਜ, ਮੱਖੀ ਮੱਛਰ ਤੋਂ ਬਹੁਤ ਤੰਗ ਹੁੰਦੇ ਆ ਪਸ਼ੂ, ਤੇ ਬਾਈ ਦਾ ਬੜਾ ਵਧੀਆ ਸਿਸਟਮ ਲੱਗਿਆ, ਤੁਸੀਂ ਵੀ ਇਹ ਕਰ ਸਕਦੇ ਹੋ। ਹਾਂਜੀ ਬਾਈ ਹੈਪੀ, ਸਤਿ ਸ਼੍ਰੀ ਅਕਾਲ। ਤੇ ਆਹ ਦੱਸਿਓ ਜੀ ਮਾੜਾ ਜਿਹਾ ਆਪਣਾ ਵੀ ਕਿਵੇਂ ਬਣਾਇਆ ਹੋਇਆ। ਆਹ ਦੇਖੋ ਦਰਵਾਜ਼ੇ ਦੇ ਉੱਪਰ ਜਾਲੀਆਂ ਲਾਤੀਆਂ ਵੈਂਟੀਲੇਸ਼ਨ ਦੇ ਲਈ, ਤੇ ਅੰਦਰ ਦਿਖਾ ਕੇ ਅੰਦਰ ਹਾਂਜੀ ਬਾਈ ਦੱਸੋ ਜੀ ਅੰਦਰ ਵੀ ਪਹਾਰਾ ਸਿਸਟਮ ਲਾ ਰੱਖਿਆ ਹੈਗਾ ਵੀ ਠੰਡੇ ਰਹਿਣ ਕਰਕੇ। ਪਹਾਰਾ ਸਿਸਟਮ, ਹਾਂ ਠੀਕ ਹੈ। ਤੇ ਮੱਖੀ ਮੱਛਰ ਇਹਦੇ ਵਿੱਚ ਨਹੀਂ ਰਹਿੰਦਾ ਹੈਗਾ? ਮੱਖੀ ਮੱਛਰ ਨਹੀਂ ਰਹਿੰਦਾ, ਰਾਤ ਨੂੰ ਮੰਨ ਲਓ ਤੁਸੀਂ ਤੇ ਪਸ਼ੂ ਬੰਨਦੇ ਹੋ। ਹਾਂ ਪਸ਼ੂ ਬੰਨਦੇ ਆ ਇੱਥੇ, ਤੇ ਆਰਾਮ ਨਾਲ ਬੈਠੇ ਰਹਿੰਦੇ। ਮੈਂ ਕਿਹਾ ਬਿਲਕੁਲ ਆਰਾਮ ਨਾਲ, ਜੇ ਅੰਦਰ ਮੱਛਰ ਰਹਿ ਵੀ ਜਾਵੇ ਤਾਂ ਬਾਹਰ ਅੰਦਰਲੀ ਸਾਈਡ ਮਤਲਬ ਜਾਲੀ ਤੇ ਬੈਠਾ ਰਹਿੰਦਾ। ਅੱਛਾ, ਜਾਲੀ ਤੇ ਲੱਗੇ, ਐਂ ਲੱਗੂ ਵੀ ਮੈਂ ਬਾਹਰ ਜਾਣਾਗਾ, ਪਸ਼ੂ ਤੇ ਨਹੀਂ ਲੜੂਗਾ। ਵੈਰੀ ਗੁੱਡ, ਪਸ਼ੂ ਬਿਲਕੁਲ। ਆਹ ਦੇਖੋ ਵੀਰੋ ਕਿੰਨਾ ਕੀਤਾ ਇੱਥੇ ਖਰਚਾ, ਲਗਭਗ 50,000 ਰੁਪਇਆ ਤੋਂ ਤਾਂ ਵੱਧ ਲੱਗ ਜੂ, 1,50,000 ਰੁਪਇਆ ਲੱਗੂਗਾ। ਤੇ ਇਹਦੇ ਵਿੱਚ 10 ਪਸ਼ੂ ਰਹਿ ਜਾਣਗੇ ਆਰਾਮ ਨਾਲ ਜੇ ਬੰਨ ਕੇ ਰੱਖਣੇ, ਹਨਾ। ਆਹ ਸਿਸਟਮ ਕਰ ਲਿਆ ਕਰੋ ਵੀਰੋ, ਤੇ ਬਾਕੀ ਜੇ ਕਿਸੇ ਨੂੰ ਕੋਈ ਹੋਰ ਸੁਝਾਅ ਲਾਏ ਤਾਂ ਕਮੈਂਟ 'ਚ ਦੱਸੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।